ਇਹ ਆਪਣਾ 10-11 ਵਜੇ ਹੋ ਜਾਏਗਾ ਜੀ, ਕਿਉਂਕਿ ਗਾੜੀਆਂ ਹਰ ਗਾੜੀ ਫੁੱਲ ਹੋ ਰਹੀ ਹੈ, ਤੋ ਜੈਸੇ ਫੁੱਲ ਹੋਤੀ ਹੈ 2-2.5 ਵਜੇ ਤੱਕ ਮੈਕਸੀਮਮ ਖਤਮ ਹੋ ਜਾਏਗਾ ਜੀ। ਨੋਰਮਲ ਪੈਟਰੋਲ ਕਦੋਂ ਖਤਮ ਹੋ ਗਿਆ? ਰਾਤ 10 ਵਜੇ ਖਤਮ ਹੋ ਗਿਆ, 10 ਵਜੇ ਗਿਆ ਮੈਂ ਡਿਊਟੀ ਆਫ ਕਰਕੇ, ਉਸ ਟਾਈਮ ਖਤਮ ਹੋ ਗਈ। ਹਾਂਜੀ, ਕਿਉਂਕਿ ਨੋਜ਼ਲ ਉਠਾਏ ਮੈਂ ਨਾ, ਯਹਾਂ ਗਾੜੀ ਫੁੱਲ ਕਰਨ ਲਗਾ, ਮੀਟਰ ਜ਼ੀਰੋ ਨਹੀਂ ਹੁਆ, ਮੈਂ ਕਿਹਾ ਡਰਾ ਹੀ ਹੈ। ਅਸਲ ਦੇ ਵਿੱਚ ਜੇਕਰ ਅਸੀਂ ਪਹਿਲਾਂ ਜ਼ਿਕਰ ਕਰ ਲਈਏ ਕਿ ਹਿਟ ਐਂਡ ਰਨ ਰੂਲ ਕੀ ਹੈ, ਕਿਉਂਕਿ ਹੁਣ ਇਸ ਦੇ ਵਿੱਚ ਅਮੈਂਡਮੈਂਟ ਹੋ ਚੁੱਕੀਆਂ ਨੇ ਇੰਡੀਆ ਨੇ ਜੁਡੀਸ਼ੀਅਲ ਕੋਰਟ ਦੇ 2023 ਦੇ ਅਨੁਸਾਰ, ਜੇਕਰ ਕੋਈ ਹੁਣ ਸੜਕ ਹਾਦਸੇ ਦੇ ਵਿੱਚ ਹਿੱਟ ਕਰਕੇ ਭੱਜ ਜਾਂਦਾ ਤਾਂ ਉਸਨੂੰ 7 ਸਾਲ ਦੀ ਸਜ਼ਾ ਤੇ 10 ਲੱਖ ਰੁਪਏ ਜੁਰਮਾਨਾ ਦੇਣਾ ਪੈ ਸਕਦਾ। ਸੋ ਹੁਣ ਡਰਾਈਵਰ ਕਹਿ ਰਹੇ ਨੇ ਕਿ ਅਜਿਹਾ ਦੋਹਾਂ ਸਥਿਤੀਆਂ ਦੇ ਵਿੱਚ ਉਹ ਫਸਦੇ ਨੇ, ਜੇਕਰ ਹਿੱਟ ਹੋ ਜਾਂਦਾ ਕੋਈ ਵਿਅਕਤੀ ਜਾਂ ਜ਼ਖਮੀ ਹੋ ਜਾਂਦੇ, ਜੇਕਰ ਉਹ ਭੱਜਦੇ ਨੇ ਤਾਂ ਉਹਨਾਂ ਨੂੰ ਸਜ਼ਾ ਬਹੁਤ ਵੱਡੀ ਦਿੱਤੀ ਜਾ ਰਹੀ ਹੈ, ਲੇਕਿਨ ਜੇਕਰ ਉਹ ਮੌਕੇ ਦੇ ਉੱਤੇ ਖੜੇ ਰਹਿੰਦੇ ਨੇ ਤਾਂ ਉੱਥੇ ਜਿਹੜੇ ਮੌਜੂਦ ਲੋਕ ਨੇ ਉਹ ਉਹਨਾਂ ਨੂੰ ਮਾਰ ਦੇਣਗੇ। ਸੋ ਹੁਣ ਇਸ ਦੇ ਵਿਰੋਧ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ, ਲੇਕਿਨ ਪੂਰੇ ਜੇਕਰ ਅਸੀਂ ਪੂਰੇ ਦੇਸ਼ ਭਰ ਦੀ ਗੱਲ ਕਰੀਏ, ਉਸ ਦੇ ਵਿੱਚ ਲਗਭਗ 8 ਅਜਿਹੇ ਸਟੇਟਸ ਨੇ ਜਿੱਥੇ ਚੱਕਾ ਜਾਮ ਕੀਤਾ ਜਾ ਰਿਹਾ। ਡਰਾਈਵਰ ਜਿਹੜੇ ਨੇ ਉਹਨਾਂ ਨੇ ਆਪਣਾ ਇਕੱਠ ਦਿਖਾਇਆ, ਸੜਕਾਂ ਦੇ ਉੱਤੇ ਖੜੇ ਹੋਏ ਨੇ, ਜਾਮ ਕੀਤਾ ਹੋਇਆ। ਸੋ ਹੁਣ ਅਜਿਹੀ ਸਥਿਤੀ ਦੇ ਵਿੱਚ ਇੱਕ ਪਾਸੇ ਜਿੱਥੇ ਹੋਰ ਕੰਮ ਕਾਰ ਠੱਪ ਹੋ ਰਹੇ ਨੇ, ਉੱਥੇ ਪੈਟਰੋਲ ਪੰਪਾਂ ਦੇ ਲਈ ਵੱਡੀ ਚੁਣੌਤੀ ਦੀ ਸਥਿਤੀ ਬਣੀ ਹੋਈ ਹੈ। ਇਕੱਲੇ ਪੈਟਰੋਲ ਪੰਪਾਂ ਦੇ ਮਾਲਕਾਂ ਦੇ ਲਈ ਹੀ ਨਹੀਂ, ਬਲਕਿ ਉਹਨਾਂ ਲੋਕਾਂ ਦੇ ਲਈ ਜਿਹੜੇ ਆਪਣੇ ਵਾਹਨ ਇਸਤੇਮਾਲ ਕਰਦੇ ਨੇ, ਕੰਮਾਂ ਕਾਰਜਾਂ ਤੇ ਜਾਂਦੇ ਨੇ, ਕਿਉਂਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਲੋਕ ਜਿਹੜੇ ਨੇ ਉਹ ਆਪਣੇ ਵਾਹਨਾਂ ਦਾ ਇਸਤੇਮਾਲ ਕਰਦੇ ਨੇ, ਚਾਹੇ 2 ਪਹੀਆ ਵਾਹਨ ਹੋਣ, ਚਾਹੇ 4 ਪਹੀਆ ਵਾਹਨ ਹੋਣ। ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਂਦੇ ਹਾਂ, ਹਾਲਾਂਕਿ ਪੈਟਰੋਲ ਪੰਪ ਦੇ ਉੱਤੇ ਜਿਹੜੇ ਮੁਲਾਜ਼ਮ ਮੌਜੂਦ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਰਾਤ ਨੂੰ ਹੀ ਜਿਹੜਾ ਨਾਰਮਲ ਪੈਟਰੋਲ ਹੈ ਉਹ ਖਤਮ ਹੋ ਚੁੱਕਾ ਤਾਂ ਹੁਣ ਪ੍ਰੀਮੀਅਮ ਕੁਆਲਿਟੀ ਵਾਲਾ ਹੀ ਬਚੇ ਜੋ ਕਿ ਸਿਰਫ ਹੁਣ 12 ਵਜੇ ਤੱਕ ਹੀ ਚੱਲੇਗਾ। ਸੋ ਇੱਥੇ ਕੁਝ ਕੁ ਮੁਲਾਜ਼ਮ ਜਿਹੜੇ ਨੇ ਉਹ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਾਣਕਾਰੀ ਦੇ ਸਕਣ ਕਿ ਆਖਿਰ ਕਦੋਂ ਤੱਕ ਜਿਹੜਾ ਹੈ ਪੈਟਰੋਲ ਕਿੰਨੀ ਕਪੈਸਿਟੀ ਉਹਨਾਂ ਕੋਲ ਬਚੀ ਹੈ ਤੇ ਕਦੋਂ ਤੱਕ ਜਿਹੜੇ ਲੋਕ ਨੇ ਇੱਥੋਂ ਪੈਟਰੋਲ ਭਰਵਾ ਸਕਦੇ ਨੇ। ਜਿਹੜੇ ਹੋਰ ਇੱਥੇ ਲੋਕ ਪੈਟਰੋਲ ਭਰਵਾਉਣ ਲਈ ਆ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਰ, ਤੁਹਾਡੇ ਨਾਲ ਗੱਲ ਕਰਾਂਗੇ, ਜੈਸੇ ਆਪ ਅਭੀ ਅਸੀਂ ਆਪਣੀ ਟੈਂਕੀ ਫੁੱਲ ਕਰਵਾ ਰਹੇ ਹੋ ਤਾਂ ਕਿ ਜੈਸੇ ਆਪਣਾ ਆਪਣਾ ਕੰਮ ਵੀ ਕਰਨਾ ਹੈ, ਤਾਂ ਅਗਰ ਖਤਮ ਹੋ ਜਾਏਗਾ ਤਾਂ ਫਿਰ ਆਪ ਕੈਸੇ ਭਰਪਾਈ ਕਰੋ? ਹਾਂਜੀ, ਪੈਟਰੋਲ ਤਾਂ ਖਤਮ ਹੋ ਰਿਹਾ ਹੈ, ਮਤਲਬ ਅਭੀ ਤੋ ਜਬ ਤੱਕ ਸਟ੍ਰਾਈਕ ਹੈ ਤਬ ਤੱਕ ਉਹ ਆਏਗਾ ਹੀ। ਹਾਂਜੀ, ਫਿਰ ਤੋਂ ਭਾਈ ਦੇਖਣਾ ਪੜੇਗਾ ਕਹਾਂ ਸੇ ਲਾਏਂਗੇ। ਸਾਰੇ ਕੰਮ ਜਿਹੜੇ ਨੇ ਆਪਸ ਦੇ ਵਿੱਚ ਜੁੜੇ ਹੋਏ ਹੁੰਦੇ ਨੇ ਜੇਕਰ ਅਸੀਂ ਸ਼ੁਰੂ ਤੋਂ ਗੱਲ ਕਰ ਲਈਏ ਜਿਵੇਂ ਟਰੱਕ ਡਰਾਈਵਰਸ ਨੂੰ ਆਪਣੀ ਮੰਗ ਨੂੰ ਲੈ ਕੇ ਸਟ੍ਰਾਈਕ ਤੇ ਨੇ ਕਿ ਜਿਹੜਾ ਕਾਨੂੰਨ ਹੈ ਉਹ ਥੋੜਾ ਜਿਹਾ ਨਰਮ ਹੋਣਾ ਚਾਹੀਦਾ, ਇਸ
ਹੀ ਜੀ। ਸੋ ਇੱਥੇ ਕੁਝ ਲੋਕ ਜਿਹੜੇ ਨੇ ਹੋਰ ਉਹ ਵੀ ਬਣੇ ਹੋਏ ਨੇ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਜੇਕਰ ਜਲਦੀ ਹੀ ਪੈਟਰੋਲ ਮੋਹਾਲੀ ਦੇ ਵਿੱਚ ਇਸ ਵਕਤ ਅਸੀਂ ਹੈਗੇ ਆ, ਲੋਕਾਂ ਦੀਆਂ ਲਾਈਨਾਂ ਵੀ ਲੱਗੀਆਂ ਹੋਈਆਂ ਨੇ, ਹਾਲਾਂਕਿ ਨਾਰਮਲ ਕੁਆਲਿਟੀ ਦਾ ਜਿਹੜਾ ਪੈਟਰੋਲ ਹੈ ਉਹ ਖਤਮ ਹੋ ਚੁੱਕਾ ਹੈ। ਇਹ ਆਪਣਾ 10-11 ਹੋ ਜਾਏਗਾ ਜੀ, ਕਿਉਂਕਿ ਗਾੜੀਆਂ ਹਰ ਗਾੜੀ ਫੁੱਲ ਹੋ ਰਹੀ ਹੈ, ਤੋ ਜੈਸੇ ਫੁੱਲ ਹੋਤੀ ਹੈ 2-2.5 ਵਜੇ ਤੱਕ ਮੈਕਸੀਮਮ ਖਤਮ ਹੋ ਜਾਏਗਾ ਜੀ। ਨਾਰਮਲ ਪੈਟਰੋਲ ਕਦੋਂ ਖਤਮ ਹੋ ਗਿਆ? ਰਾਤ 10 ਵਜੇ ਖਤਮ ਹੋ ਗਿਆ, 10 ਵਜੇ ਗਿਆ ਮੈਂ ਡਿਊਟੀ ਆਫ ਕਰਕੇ, ਉਸ ਟਾਈਮ ਖਤਮ ਹੋ ਗਈ। ਹਾਂਜੀ, ਕਿਉਂਕਿ ਨੋਜ਼ਲ ਉਠਾਏ ਮੈਂ ਨਾ, ਯਹਾਂ ਗਾੜੀ ਫੁੱਲ ਕਰਨ ਲਗਾ, ਮੀਟਰ ਜ਼ੀਰੋ ਨਹੀਂ ਹੁਆ, ਮੈਂ ਕਿਹਾ ਡਰਾ ਹੀ ਹੈ। ਅਸਲ ਦੇ ਵਿੱਚ ਜੇਕਰ ਅਸੀਂ ਪਹਿਲਾਂ ਜ਼ਿਕਰ ਕਰ ਲਈਏ ਕਿ ਹਿੱਟ ਐਂਡ ਰਨ ਰੂਲ ਕੀ ਹੈ, ਕਿਉਂਕਿ ਹੁਣ ਇਸ ਦੇ ਵਿੱਚ ਅਮੈਂਡਮੈਂਟ ਹੋ ਚੁੱਕੀਆਂ ਨੇ ਇੰਡੀਆ ਨੇ ਜੁਡੀਸ਼ੀਅਲ ਕੋਡ ਦੇ 2023 ਦੇ ਅਨੁਸਾਰ, ਜੇਕਰ ਕੋਈ ਹੁਣ ਸੜਕ ਹਾਦਸੇ ਦੇ ਵਿੱਚ ਹਿੱਟ ਕਰਕੇ ਭੱਜ ਜਾਂਦਾ ਤਾਂ ਉਸਨੂੰ 7 ਸਾਲ ਦੀ ਸਜ਼ਾ ਤੇ 10 ਲੱਖ ਰੁਪਏ ਜੁਰਮਾਨਾ ਦੇਣਾ ਪੈ ਸਕਦਾ। ਸੋ ਹੁਣ ਡਰਾਈਵਰ ਕਹਿ ਰਹੇ ਨੇ ਕਿ ਅਜਿਹਾ ਦੋਹਾਂ ਸਥਿਤੀਆਂ ਦੇ ਵਿੱਚ ਉਹ ਫਸਦੇ ਨੇ, ਜੇਕਰ ਹਿੱਟ ਹੋ ਜਾਂਦਾ ਕੋਈ ਵਿਅਕਤੀ ਜਾਂ ਜ਼ਖਮੀ ਹੋ ਜਾਂਦੇ, ਜੇਕਰ ਉਹ ਭੱਜਦੇ ਨੇ ਤਾਂ ਉਹਨਾਂ ਨੂੰ ਸਜ਼ਾ ਬਹੁਤ ਵੱਡੀ ਦਿੱਤੀ ਜਾ ਰਹੀ ਹੈ, ਲੇਕਿਨ ਜੇਕਰ ਉਹ ਮੌਕੇ ਦੇ ਉੱਤੇ ਖੜੇ ਰਹਿੰਦੇ ਨੇ ਤਾਂ ਉੱਥੇ ਜਿਹੜੇ ਮੌਜੂਦ ਲੋਕ ਨੇ ਉਹ ਉਹਨਾਂ ਨੂੰ ਮਾਰ ਦੇਣ।
ਜਾਣਗੇ। ਸੋ ਹੁਣ ਇਸ ਦੇ ਵਿਰੋਧ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ, ਲੇਕਿਨ ਪੂਰੇ ਜੇਕਰ ਅਸੀਂ ਪੂਰੇ ਦੇਸ਼ ਭਰ ਦੀ ਗੱਲ ਕਰੀਏ, ਉਸ ਦੇ ਵਿੱਚ ਲਗਭਗ 8 ਅਜਿਹੇ ਸਟੇਟਸ ਨੇ ਜਿੱਥੇ ਚੱਕਾ ਜਾਮ ਕੀਤਾ ਜਾ ਰਿਹਾ। ਡਰਾਈਵਰ ਜਿਹੜੇ ਨੇ ਉਹਨਾਂ ਨੇ ਆਪਣਾ ਇਕੱਠ ਦਿਖਾਇਆ, ਸੜਕਾਂ ਦੇ ਉੱਤੇ ਖੜੇ ਹੋਏ ਨੇ, ਜਾਮ ਕੀਤਾ ਹੋਇਆ। ਸੋ ਹੁਣ ਅਜਿਹੀ ਸਥਿਤੀ ਦੇ ਵਿੱਚ ਇੱਕ ਪਾਸੇ ਜਿੱਥੇ ਹੋਰ ਕੰਮਕਾਰ ਠੱਪ ਹੋ ਰਹੇ ਨੇ, ਉੱਥੇ ਪੈਟਰੋਲ ਪੰਪਾਂ ਦੇ ਲਈ ਵੱਡੀ ਚੁਣੌਤੀ ਦੀ ਸਥਿਤੀ ਬਣੀ ਹੋਈ ਹੈ। ਇਕੱਲੇ ਪੈਟਰੋਲ ਪੰਪਾਂ ਦੇ ਮਾਲਕਾਂ ਦੇ ਲਈ ਹੀ ਨਹੀਂ, ਬਲਕਿ ਉਹਨਾਂ ਲੋਕਾਂ ਦੇ ਲਈ ਜਿਹੜੇ ਆਪਣੇ ਵਾਹਨ ਇਸਤੇਮਾਲ ਕਰਦੇ ਨੇ, ਕੰਮਾਂ ਕਰਦੇ ਤੇ ਜਾਂਦੇ ਨੇ, ਕਿਉਂਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਲੋਕ ਜਿਹੜੇ ਨੇ ਉਹ ਆਪਣੇ ਵਾਹਨਾਂ ਦਾ ਇਸਤੇਮਾਲ ਕਰਦੇ ਨੇ, ਚਾਹੇ 2 ਪਹੀਆ ਵਾਹਨ ਹੋਣ, ਚਾਹੇ 4 ਪਹੀਆ ਵਾਹਨ ਹੋਣ। ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਂਦੇ ਹਾਂ, ਹਾਲਾਂਕਿ ਪੈਟਰੋਲ ਪੰਪ ਦੇ ਉੱਤੇ ਜਿਹੜੇ ਮੁਲਾਜ਼ਮ ਮੌਜੂਦ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਰਾਤ ਨੂੰ ਹੀ ਜਿਹੜਾ ਨਾਰਮਲ ਪੈਟਰੋਲ ਹੈ ਉਹ ਖਤਮ ਹੋ ਚੁੱਕਾ, ਤਾਂ ਹੁਣ ਪ੍ਰੀਮੀਅਮ ਕੁਆਲਿਟੀ ਵਾਲਾ ਹੀ ਬਚੇ ਜੋ ਕਿ ਸਿਰਫ ਹੁਣ 12 ਵਜੇ ਤੱਕ ਹੀ ਚੱਲੇਗਾ। ਸੋ ਇੱਥੇ ਕੁਝ ਕੁ ਮੁਲਾਜ਼ਮ ਜਿਹੜੇ ਨੇ ਉਹ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਾਣਕਾਰੀ ਦੇ ਸਕਣ ਕਿ ਆਖਿਰ ਕਦੋਂ ਤੱਕ ਜਿਹੜਾ ਹੈ ਪੈਟਰੋਲ ਕਿੰਨੀ ਕਪੈਸਿਟੀ ਉਹਨਾਂ ਕੋਲ ਬਚੀ ਹੈ ਤੇ ਕਦੋਂ ਤੱਕ ਜਿਹੜੇ ਲੋਕ ਨੇ ਇੱਥੋਂ ਪੈਟਰੋਲ ਭਰਵਾ ਸਕਦੇ ਨੇ। ਜਿਹੜੇ ਹੋਰ ਇੱਥੇ ਲੋਕ ਪੈਟਰੋਲ ਭਰਵਾਉਣ ਲਈ ਆ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਰ ਤੁਹਾਡੇ ਨਾਲ ਗੱਲ ਕਰਾਂਗੇ, ਜੈਸੇ ਆਪ ਅਭੀ ਸੇ ਆਪਣੀ ਟੈਂਕੀ ਫੁੱਲ ਕਰਵਾ ਰਹੇ ਹੋ, ਤਾਂ ਕਿ ਜੈਸੇ ਆਪਨੇ ਆਪਣਾ ਕੰਮ ਵੀ ਕਰਨਾ ਹੈ, ਤਾਂ ਅਗਰ ਖਤਮ ਹੋ ਜਾਏਗਾ ਤਾਂ ਫਿਰ ਆਪ ਕੈਸੇ ਭਰਪਾਈ ਕਰੋ? ਹਾਂਜੀ, ਪੈਟਰੋਲ ਤਾਂ ਖਤਮ ਹੋ ਰਿਹਾ ਹੈ, ਮਤਲਬ ਅਭੀ ਤੋ ਜਬ ਤੱਕ ਸਟ੍ਰਾਈਕ ਹੈ ਤਬ ਤੱਕ ਉਹ ਆਏਗਾ ਹੀ। ਹਾਂਜੀ, ਫਿਰ ਤੋਂ ਭਾਈ ਦੇਖਣਾ ਪੜੇਗਾ ਕਹਾਂ ਸੇ ਲਾਏਗੇ। ਸਾਲ ਦੀ ਕੈਦ ਹੋ ਸਕਦੀ ਹੈ 10 ਲੱਖ ਰੁਪਏ ਜੁਰਮਾਨਾ ਹੋ ਸਕਦਾ। ਉਹਨਾਂ ਦਾ ਕਹਿਣਾ ਕਿ ਇਸ ਕਾਨੂੰਨ ਦੇ ਵਿੱਚ ਥੋੜੀ ਜਿਹੀ ਨਰਮੀ ਹੋਣੀ ਚਾਹੀਦੀ ਹੈ, ਕਿਉਂਕਿ ਅਸੀਂ ਦੋਨਾਂ ਪਾਸਿਆਂ ਤੋਂ ਹੀ ਜੀ। ਸੋ ਇੱਥੇ ਕੁਝ ਲੋਕ ਜਿਹੜੇ ਨੇ ਹੋਰ ਉਹ ਵੀ ਬਣੇ ਹੋਏ ਨੇ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਜੇਕਰ ਜਲਦੀ ਹੀ ਪੈਟਰੋਲ ਮੋਹਾਲੀ ਦੇ ਵਿੱਚ ਇਸ ਵਕਤ ਅਸੀਂ ਹੈਗੇ ਹਾਂ, ਲੋਕਾਂ ਦੀਆਂ ਲਾਈਨਾਂ ਵੀ ਲੱਗੀਆਂ ਹੋਈਆਂ ਨੇ, ਹਾਲਾਂਕਿ ਨਾਰਮਲ ਕੁਆਲਿਟੀ ਦਾ ਜਿਹੜਾ ਪੈਟਰੋਲ ਹੈ ਉਹ ਖਤਮ ਹੋ ਚੁੱਕਾ ਹੈ।